रिलायंस का प्रॉपर बाइकट कर दो, उन्होंने मॉलों च ना जाओ, उन्होंने स्टोर से ना जाओ, उन्होंने आ सैलफोन यूज ना करो। भी साढ़िया बजुर्गों ने मेहनत की, खेत बनाए, असी क्यों छीए, तुम कि ढेके लगते हो साढ़िया खेतों के, सीधे तौर पर बिल साढ़े तो थोप दते गए हैं। भी ये साडा फरमान है, जिवें डिक्टेटरशिप होगी, राजे वाला फरमान हो गया, भी असं तो थोपते तो एस डी एम वह मसला हल कराऊगा। क्यों कराऊगा जी एस डी एम वह मसला हल? असी कोर्ट क्यों नहीं जा सकते? सीधे तौर पर छोटी नीत कोर्ट है। सब तो पहला श्री वाहिगुरु जी का खालसा, श्री वाहिगुरु जी की फतेह। पहुँचे हुए सारे साढ़े बहुत सत्कारयोग जथेबंदियों के मैंबर भरा, तो सारे तुसी संगत, असी तह दिल तो थोड़े धन्यवादी हाँ। चलो इतने धन्यवाद करना भी नहीं बनता कोई, ये साडा निजी कोई प्रोग्राम नहीं, ये साड़ी होंद की लड़ाई है, साड़िया खेतों की आने वाली नस्लों की आने वाली फसलों की लड़ाई है। क्यों? क्योंकि पंजाब नूं खेती तो बिना सिरजिया ही नहीं जा सकता, पहली गल। दूजी गल यह है भी खेती तो बिना साढ़े कोल होर कोई प्रोपर तौर पर किता भी नहीं है। देखो कोई छोटा जिमीदार हाँ, मैं एक खुद छोटा जिमीदार हाँ, 5-4 किले जमीन दे दे नाल 5-7 मझां रख लिया, एक साडा सर्कल चली जांदा, उन्हां दा दुध पा लिया, साडी आई चलाई चली जांदी है। हुण जे साडे तो साडे खेत ही खोले तां फिर असीं करांगे की? दूजी गल इह है, अज वड्डी गिणती च नौजवान भरा बाहरलियां मुल्कां च जा रहे आ, वधिया गल आ, मैं कहिंदा कोई बुराई नहीं, क्योंकि इत्थे हर एक बंदे नूं अपना फ्यूचर सेव करन दा हक है। इत्थे उन्हां नूं इह हक दिंदा नहीं हैगा भी इत्थे कोई साडा फ्यूचर बन सकदा है। अगला पढ़दा प्लस टू करदा है, सीधा आईलैट्स करदा है, जमीन ते लिमिट कराउंदा है ते सीधा कनेडा चले जांदा है। एक जांदा है, उदों बाद उहदा परिवार भी पिछों जांदा है, वड्डी गल हो गई। हुण उह लिमिट कराउंदा जिहड़ियां जमीनां ते उहनां दा इक रेट है। जदों प्राइवेट करन आ गया, जदों वड्डे वड्डे कारपोरेट घराणे आ गए, तां फिर जिहड़े साडियां जमीनां दे रेट ने उह रेट उह नहीं रहि जाणे जिहड़े अज ने। रेट तां सरकारां ने पहले तुसीं तुहानूं पता ही है साहब नूं टुट्टे होए ने। सो तां करके ਇਹ ਜਿਹੜੇ ਤਿੰਨ ਬਿੱਲ ਨੇ ਇਹ ਇੱਕ ਦੂਜੇ 'ਚ ਐਸੇ ਸਿਸਟਮ ਨਾਲ ਫਿੱਟ ਕੀਤੇ ਹੋਏ ਨੇ ਵੀ ਕਿਸਾਨ ਬੰਦਾ ਆਪਦੇ ਹੱਕ ਲਈ ਕਿਸੇ ਪਾਸੇ ਆਵਾਜ਼ ਚੱਕ ਹੀ ਨਹੀਂ ਸਕਦਾ। ਤੁਸੀਂ ਕਹਿਤਾ ਜੀ ਕੰਟਰੈਕਟ ਫਾਰਮਿੰਗ ਦੇ ਵਿੱਚ ਵੀ ਤੁਹਾਡਾ ਕੰਟਰੈਕਟਰ ਨਾਲ ਕੋਈ ਰੌਲਾ ਹੋ ਜਾਂਦਾ ਤਾਂ ਐਸ ਡੀ ਐਮ ਉਹਦਾ ਮਸਲਾ ਹੱਲ ਕਰਾਊਗਾ। ਕਿਉਂ ਕਰਾਊਗਾ ਜੀ ਐਸ ਡੀ ਐਮ ਉਹਦਾ ਮਸਲਾ ਹੱਲ? ਅਸੀਂ ਕੋਰਟ 'ਚ ਕਿਉਂ ਨਹੀਂ ਜਾ ਸਕਦੇ? ਸਿੱਧੇ ਤੌਰ 'ਤੇ ਤੁਹਾਡੀ ਨੀਤ 'ਚ ਖੋਟ ਹੈ। ਕਿਉਂ ਖੋਟ ਹੈ? ਇਹਦਾ ਮਨਸ਼ਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉਹਨਾਂ ਦੇ ਆਉਣ ਵਾਲੇ ਪਲਾਨ ਕੀ ਨੇ। ਇਹ ਉਹਨਾਂ ਦੀਆਂ ਮਨੋਪਲੀਆਂ ਬਣੀਆਂ ਹੋਈਆਂ ਨੇ ਜਿਹਦੇ 'ਚ ਅੰਬਾਨੀ ਨੇ, ਅਡਾਨੀ ਨੇ, ਉਹਨਾਂ ਦੀਆਂ ਡੀਲਾਂ ਹੁੰਦੀਆਂ ਨੇ ਵੀ ਇਸ ਵਾਰ ਸਰਕਾਰ ਆਈ ਤੁਹਾਨੂੰ ਪੰਜਾਬ ਦੇ ਦੇਵਾਂਗੇ, ਅਗਲੀ ਵਾਰੀ ਸਰਕਾਰ ਆਈ ਤੁਹਾਨੂੰ ਹਰਿਆਣਾ ਦੇ ਦੇਵਾਂਗੇ, ਤੁਸੀਂ ਉੱਥੇ ਜੋ ਕੁਛ ਮਰਜ਼ੀ ਕਰਿਓ। ਪਰ ਇਹ ਸਿੱਧੇ ਤੌਰ 'ਤੇ ਅੱਜ ਉਹਨਾਂ ਨੂੰ ਇੰਨਾ ਨਹੀਂ ਪਤਾ ਸੀ ਵੀ ਪੰਜਾਬ ਦੇ ਲੋਕਾਂ ਦਾ ਇਤਿਹਾਸ ਸ਼ੁਰੂ ਤੋਂ ਬਗਾਵਤੀ ਰਿਹਾ, ਸ਼ੁਰੂ ਤੋਂ ਅੰਦੋਲਨਾਂ 'ਚੋਂ, ਇੱਥੋਂ ਮੋਰਚਿਆਂ 'ਚੋਂ ਪੰਜਾਬ ਦੇ ਉਹ ਸੂਰਮੇ ਨਿਕਲੇ ਨੇ ਜਿਨ੍ਹਾਂ ਨੂੰ ਅੱਜ ਇਤਿਹਾਸ ਯਾਦ ਰੱਖਦਾ। ਸਰਦਾਰ ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਭਗਤ ਸਿੰਘ, ਇਹ ਖੂਨ ਉਹੀ ਹੈ, ਜਜ਼ਬਾ ਉਹੀ ਹੈ, ਪਰ ਏਜੰਸੀਆਂ ਦੇ ਥਰੂ ਬਦਨਾਮ ਕਰ ਦਿੱਤਾ ਜਾਂਦਾ ਕਿਤੇ ਨਾ ਕਿਤੇ ਨੌਜਵਾਨੀ ਨੂੰ। ਖੁਸ਼ੀ ਦੀ ਗੱਲ ਅੱਜ ਦੂਜੀ ਇਹ ਹੋਈ ਹੈ ਕਿ ਸਾਡੇ ਗਾਉਣ ਵਾਲਿਆਂ ਬਾਰੇ ਇਹ ਗੱਲ ਕਹੀ ਜਾਂਦੀ ਹੈ। ਪਹਿਲਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਦੱਸਿਆ ਕਿ ਗਿਣਤੀ ਹੈ ਜਿਹੜੀ ਉਹ ਘੱਟ ਹੁੰਦੀ ਹੈ, ਬਹੁਮਤ ਵੱਧ ਜਾਂਦੀ ਹੈ, ਨੈਗੇਟਿਵਿਟੀ ਹਮੇਸ਼ਾ ਜ਼ਿਆਦਾ ਰਨ ਕਰਦੀ ਹੈ ਸਮਾਜ 'ਚ, ਬੁਰਾਈ ਜਿਹਨੂੰ ਕਹਿ ਦਿੱਤਾ ਜਾਂਦਾ, ਚੰਗਿਆਈ ਹੈ, ਚੰਗੇ ਬੰਦੇ ਨੇ ਕਿਸੇ ਤੋਂ ਲੈਣਾ ਕੀ, ਆਪਦੇ ਸਿਆਣਿਆਂ ਦੀ ਗੱਲ ਹੈ, ਚੁੱਪ ਕਰਕੇ ਘਰੇ ਬੈਠੂਗਾ। ਖੁਸ਼ੀ ਹੋਈ ਇਸ ਗੱਲ ਦੀ ਵੀ ਤੁਹਾਨੂੰ ਪਤਾ ਲੱਗਿਆ ਵੀ ਸਾਡੀਆਂ ਸਰਕਾਰਾਂ ਸਾਨੂੰ ਕਿਵੇਂ ਗੁੰਮਰਾਹ ਕਰਦੀਆਂ ਨੇ, ਅੱਜ ਤੁਸੀਂ ਅਵੇਅਰ ਹੋ। ਪਰ ਅੱਜ ਸਾਡਾ ਜੇ ਪਹਿਲਾ ਮੁੱਦਾ, ਜੇ ਅਸੀਂ ਜਿਸ ਮੁੱਦੇ ਕਰਕੇ ਅੱਜ 500 ਬੰਦਾ ਇੱਥੇ ਇਕੱਠਾ ਹੋਇਆ, ਤੁਸੀਂ ਮੈਨੂੰ ਇੱਕ ਜਵਾਬ ਦੱਸ ਦਿਓ ਵੀ ਤੁਸੀਂ ਇਨਕਲਾਬ ਲੈਣ ਆਏ ਹੋ ਕਿ ਤੁਸੀਂ ਆਪਦੇ ਖੇਤ ਬਚਾਉਣ ਆਏ ਹੋ? ਮੈਂ ਪੁੱਛਣਾ ਚਾਹੁੰਦਾ ਜੀ ਤੁਹਾਡੇ ਤੋਂ, ਅੱਜ ਆਪਾਂ ਆਪਣੇ ਖੇਤਾਂ ਦੀ ਲੜਾਈ ਲੜ ਰਹੇ ਹਾਂ ਜਾਂ ਇਨਕਲਾਬ ਦੀ ਲੜਾਈ ਲੜ ਰਹੇ ਹਾਂ ਖੇਤਾਂ ਲਈ? ਜੇ ਖੇਤ ਬਚਣਗੇ ਇਨਕਲਾਬ ਵੀ ਤਾਂ ਹੀ ਆਊਗਾ ਜੀ। ਸੋ ਪਹਿਲਾ ਸਾਡਾ ਜਿਹੜਾ ਮੁੱਦਾ ਹੈ ਜੀ ਉਹ ਖੇਤੀ ਦਾ, ਸਾਡੇ ਬਜ਼ੁਰਗਾਂ ਦਾ ਲੰਬਾ ਸੰਘਰਸ਼ ਹੈ। ਸਾਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਹਾਡੇ ਪਿੱਛੇ ਨੌਜਵਾਨ ਬਹੁਤ ਵੱਡੇ ਪੱਧਰ 'ਤੇ ਤੁਹਾਨੂੰ ਫੋਲੋ ਕਰਦੇ ਨੇ। ਸਾਡੇ ਸਾਰਿਆਂ ਭਰਾਵਾਂ ਨੇ, ਸਾਰੀ ਸਾਡੀ ਇੰਡਸਟਰੀ ਨੇ ਤਨਦੇਹੀ ਨਾਲ, ਮੈਂ ਇਹ ਕਹਿਣ ਤੋਂ ਇੱਥੇ ਗੁਰੇਜ਼ ਨਹੀਂ ਕਰੂੰਗਾ, ਉਹ ਆਪਦਾ ਫਰਜ਼ ਨਿਭਾਇਆ। ਜਿੱਥੇ ਜਿੱਥੇ ਵੀ ਧਰਨੇ ਹੋ ਰਹੇ ਨੇ, ਸੰਘਰਸ਼ ਹੋ ਰਹੇ ਨੇ, ਉਹ ਜਾ ਕੇ ਦੱਸ ਰਹੇ ਨੇ ਵੀ ਆਪਾਂ ਇੱਕਜੁੱਟਤਾ ਨਾਲ ਇਹ ਲੜਾਈ ਲੜੀਏ, ਇੱਕ ਹੋ ਕੇ ਲੜੀਏ, ਏਕੇ 'ਚ ਤਾਕਤ ਹੈ, ਸਿਆਣੇ ਕਹਿੰਦੇ ਨੇ। ਚਲੋ ਮੇਰੇ ਤੋਂ ਸਾਰੇ ਤੁਸੀਂ ਵੱਡੇ ਹੋ, ਸਿਆਣਿਆਂ ਨੇ ਇਹ ਗੱਲ ਕਹੀ ਹੈ, ਜਿੱਥੇ ਵੱਡੇ ਬੈਠੇ ਹੋਣ ਉੱਥੇ ਸੁਣਿਆ ਕਰੋ ਉਹਨਾਂ ਨੂੰ ਬਹਿ ਕੇ, ਉੱਥੇ ਛੋਟੇ ਬੰਦੇ ਦਾ ਬੋਲਣ ਦਾ ਕੋਈ ਜ਼ਿਆਦਾ ਹੱਕ ਨਹੀਂ ਹੈਗਾ।
सो मैं ज्यादा बोलूंगा भी नहीं। मेरी बस एक ही बेनती है कि आप लड़ाई एकजुट होकर लड़ना है। अखीर तक जदों गल आर पार ती आ गई, हुण असी धरने रोकदे आ, रेल रोको अंदोलन साडा चल रहा है कि रेलां रोकण नाल उहनां नूं फर्क नहीं पैंदा? जे आपां कह दईए नहीं पैंदा तां इत्थे आपां गलत। 130-132 करोड़ रुपए का पर डे का नुकसान होंदा है। ये रेलां उहनां दी मौल ने इत्थे अड़ानियां दे दालां जिहड़ियां लैके जांदियां ने माल गड्डियां, साडे तां है नहीं ना, तां फर्क पैंदा सीधे तरां ते। अगली रणनीति जिहड़ी किसान जथेबंदियां बनाउणगे, असीं उहनां नूं समर्थन दित्ता तां साडा उहनां दे नाल चलना सुभाविक तौर पर संभव लाजमी है। नाल की होया उस दिन मीटिंग दे विच किसान भवन साढ़े भरा साढ़े नाल बैठे ने, कमेटी एक बनाई भी, 7 किसान जथेबंधियों के मैंबर ते 7 कलाकार भरा रल के रणनीति तय करनगे ते रल के पंजाब नूं सुनेहा देणगे कि अगली रणनीति की है। 1 तरीक तो लैके 7 तरीक तक रेलां रोकिया गई, असी ये जबान उन्हां नाल करके आए सी कि असी थोड़ा साथ देवांगे ते असी 7 तरीक तक उन्हां दा प्रोपर समर्थन करांगे ते साथ देवांगे। अगे जो रणनीतियां बनणगियां दुबारे एक मीटिंग फिर होगी, जो रणनीतियां बनाउणगियां असी उन्हां ते हाँ असी आपदे विचार भी देवांगे कि पंजाब की भलाई लई जां इस संघर्ष नूं तिखा करन लई होर की हो सकता है, क्योंकि नौजवानां च गर्म जोशी है जिदा कह दिता जाता। थोड़े तत्ते ने ज्यादा वीर मैनू मैसेज करते हैं बई इत्थे कुछ नहीं बनना, दिल्ली चलीए, दिल्ली जाके लड़िए। पर वीरो दिल्ली चलते हैं मेरे नाल कोई बंदा, कल नूं 5 बंदे आ जाण मैं दिल्ली जाण नूं तैयार हाँ बिल्कुल, पर जे दिल्ली अज चले गए 5 बंदे चले गए 5000 बंदे चले गए, दिल्ली है जिहड़ी उह हमेशा पंजाब नूं दिमाग नाल हराउंदी है, तां उत्थे मिलना कुछ नहीं गा सानूं दिल्ली जाके। उन्हां कोल ऐसे ऐसे आधुनिक हथियार ने, इन्नियां फोर्सां ने, उन्हां ने सानूं दब लेना, ऐसे ऐसे उन्हां ने परचे साडे ते पा देने ने भी असीं परचे कैंसल करावांगे या बिल रद्द करावांगे। तां करके दिल्ली उदों ही जाण दा अपना हक है जदों आपां 10 लाख बंदा इकट्ठा होया, नाल आपां हरियाणे नूं भी लैके चले। पर अपनियां वारियां बंड लो वीरे, तुसीं घरे बैठे भी इंटरनेट ते भी मेरी ये गल सुणदे हो ਤਾਂ ਤੁਸੀਂ ਤੁਹਾਡੇ ਤੋਂ ਇੱਥੇ ਰੈਲੀਆਂ 'ਚ ਨਹੀਂ ਆਇਆ ਜਾਂਦਾ, ਤੁਸੀਂ ਘਰੇ ਬੈਠੇ ਸਾਡਾ ਸਾਥ ਕਿਵੇਂ ਦੇ ਸਕਦੇ ਹੋ? ਜੇ ਕਿਸੇ ਕੋਲ ਜੀਓ ਦਾ ਨੰਬਰ ਹੈ ਤਾਂ ਉਹਨੂੰ ਤੋੜ ਕੇ ਸਿੱਟ ਦਿਓ, ਕੁਛ 150 ਨਾਲ 200 ਨਾਲ ਕੋਈ ਫਰਕ ਨਹੀਂ ਪੈਣ ਲੱਗਿਆ। ਜੀਓ ਸਤਿ ਸ੍ਰੀ ਅਕਾਲ, ਜੀਓ ਦਾ ਪ੍ਰੋਪਰ ਤੌਰ 'ਤੇ ਬਾਈਕਾਟ ਕਰ ਦਿਓ, ਜੀਓ ਦੇ ਪੰਪ ਤੋਂ ਸੋਰੀ ਰਿਲਾਇੰਸ ਦੇ ਪੰਪ ਤੋਂ ਤੇਲ ਪਵਾਓ ਹੀ ਨਾ। ਇਹ ਗੱਲ ਅਸੀਂ ਉੱਥੇ ਰਿਲਾਇੰਸ ਦੇ ਪੰਪਾਂ 'ਤੇ ਧਰਨੇ ਲਾ ਕੇ ਨਹੀਂ ਦੱਸ ਸਕਦੇ ਤੁਹਾਨੂੰ ਵੀ ਅਸੀਂ ਧਰਨਾ ਲਾਵਾਂਗੇ ਅਸੀਂ ਤਾਂ ਹੀ ਤੁਸੀਂ ਹਟੋਗੇ ਉੱਥੋਂ ਤੇਲ ਪਵਾਉਣ ਤੋਂ, ਤੁਹਾਡਾ ਆਪਣਾ ਫਰਜ਼ ਹੈ ਯਾਰ, ਤੁਸੀਂ ਨਾ ਪਵਾਓ। ਤੁਸੀਂ ਧਰਨਿਆਂ 'ਚ ਸਾਡਾ ਸਾਥ ਇਸ ਤਰੀਕੇ ਨਾਲ ਦੇ ਸਕਦੇ ਹੋ ਜਿਹੜੇ ਵੀਰ ਧਰਨਿਆਂ 'ਚ ਨਹੀਂ ਆਉਂਦੇ। ਰਿਲਾਇੰਸ ਦਾ ਪ੍ਰੋਪਰ ਬਾਈਕਾਟ ਕਰ ਦਿਓ, ਉਹਨਾਂ ਦੇ ਮੌਲਾਂ 'ਚ ਨਾ ਜਾਓ, ਉਹਨਾਂ ਦੇ ਆ ਸਟੋਰਾਂ 'ਤੇ ਨਾ ਜਾਓ, ਉਹਨਾਂ ਦੇ ਆ ਸੈੱਲਫੋਨ ਯੂਜ਼ ਨਾ ਕਰੋ। ਪੰਜਾਬ 'ਚ ਉਹਨਾਂ ਦੀ ਇਨਕਮ ਡਾਊਨ ਆਊਗੀ ਤਾਂ ਇੱਥੇ ਤਾਂ ਸਾਡੀ ਗੱਲ ਤਾਂ ਉਹ ਸੁਣਦੇ ਨਹੀਂ, ਮੋਦੀ ਜੀ ਉਹਨਾਂ ਦੀ ਗੱਲ ਤਾਂ ਸੁਣਨਗੇ, ਉਹ ਸਲਾਹ ਕਰਨਗੇ ਕਿ ਪੰਜਾਬ 'ਚ ਜਿਹੜੇ ਸਾਡੇ ਆਲਰੇਡੀ ਬਿਜ਼ਨਸ ਚੱਲ ਰਹੇ ਨੇ ਸਾਨੂੰ ਉਹਨਾਂ 'ਚ ਘਾਟਾ ਪੈਣਾ ਸ਼ੁਰੂ ਹੋ ਗਿਆ। ਅਸੀਂ ਪੰਜਾਬ 'ਚ ਕਿਉਂਕਿ ਬਿਜ਼ਨਸਮੈਨ ਬੰਦੇ ਨੇ ਤਾਂ ਹਮੇਸ਼ਾ ਪ੍ਰੋਫਿਟ ਦੇਖਣਾ ਨਾ ਜੀ, ਅਸੀਂ ਤਾਂ ਆਪਣੇ ਖੇਤਾਂ ਲਈ ਲੜਦੇ ਹਾਂ, ਸਾਡੀ ਤਾਂ ਇਹਨਾਂ ਨਾਲ ਸਾਡਾ ਤਾਂ ਇਤਿਹਾਸ ਜੁੜਿਆ, ਉਹਨਾਂ ਨੇ ਆਉਣਾ ਇੱਥੇ ਸਿਰਫ ਪ੍ਰੋਫਿਟ ਲਈ। ਜਦੋਂ ਉਹਨਾਂ ਨੂੰ ਪਤਾ ਲੱਗੂਗਾ ਵੀ ਸਾਨੂੰ ਪੰਜਾਬ 'ਚ ਸਾਡਾ ਬਾਈਕਾਟ ਹੋ ਗਿਆ, ਸ਼ਾਇਦ ਉਹ ਆਪਣੀ ਰਣਨੀਤੀ ਬਦਲ ਲੈਣਗੇ। ਦੂਜੀ ਗੱਲ ਇਹ ਹੈ ਵੀ ਏਕੇ ਦਾ ਸਬੂਤ ਆਪਾਂ ਕਿਵੇਂ ਦਈਏ? ਸਾਡੇ ਬਜ਼ੁਰਗ ਨੇ ਜਿਵੇਂ ਮੈਂ ਪਹਿਲਾਂ ਕਿਹਾ, ਆਪਾਂ ਵਾਰੀਆਂ ਵੰਡ ਲਈਏ ਕਿਉਂਕਿ ਫਸਲ ਆਉਣ ਵਾਲੀ ਆ। ਪਿੰਡ 'ਚ ਜੇ 500 ਬੰਦਾ 1000 ਬੰਦਾ ਤਾਂ 40-40, 50-50 ਨੌਜਵਾਨ ਆਪਦੀਆਂ ਵਾਰੀਆਂ ਵੰਡ ਲਓ, ਦਿਨੇ ਵੀ ਅਤੇ ਰਾਤ ਨੂੰ ਵੀ, ਜਿੱਥੇ ਧਰਨੇ ਲੱਗਦੇ ਨੇ ਤਨ ਦੇਹੀ ਨਾਲ ਡਿਊਟੀ ਨਿਭਾਈਏ। ਆਪਾਂ ਇਹ ਨਾ ਕਹੀਏ ਵੀ 10-12 ਦਿਨਾਂ 'ਚ। ਅੱਜ ਇਸ ਗੱਲ ਦੀ ਮੈਨੂੰ ਖੁਸ਼ੀ ਹੁੰਦੀ ਹੈ, ਬੜੇ ਚਿਰ ਤੋਂ ਸਾਡੇ ਬਜ਼ੁਰਗ ਸੰਘਰਸ਼ ਕਰਦੇ ਆ ਰਹੇ ਨੇ, ਪਰ ਜਿਹੜੀ ਲਹਿਰ ਅੱਜ ਪੰਜਾਬ 'ਚ ਉੱਠੀ ਹੈ, ਨੌਜਵਾਨੀ ਅੱਜ ਜਾਗੀ ਹੈ, ਤਖਤਾ ਪਲਟਣ ਨੂੰ ਤਿਆਰ ਬੈਠੀ ਹੈ, ਇਹ ਜਿੰਨਾ ਕੁ ਮੇਰੀ ਉਮਰ ਹੈ ਮੈਨੂੰ ਨਹੀਂ ਲੱਗਦਾ ਵੀ ਮੈਂ ਆਪਦੀ ਉਮਰ 'ਚ ਦੇਖੀ ਆ। ਆਪਾਂ ਇਹਨੂੰ ਟੁੱਟਣ ਨਹੀਂ ਦੇਣਾ ਵੀ ਸਾਡਿਆਂ ਬਜ਼ੁਰਗਾਂ ਨੇ ਮਿਹਨਤ ਕੀਤੀ, ਖੇਤ ਬਣਾਏ, ਅਸੀਂ ਕਿਉਂ ਛੱਡੀਏ? ਤੁਸੀਂ ਕੀ ਢੇਕੇ ਲੱਗਦੇ ਹੋ ਸਾਡਿਆਂ ਖੇਤਾਂ ਦੇ? ਤੁਸੀਂ ਬਿੱਲ ਬਣਾਤੇ, ਤੁਸੀਂ ਪਾਸ ਵੀ ਕਰਤੇ, ਕੀ ਪੰਜਾਬ 'ਚੋਂ ਕਿਸੇ ਰਿਸਰਚਰ ਨੂੰ, ਕਿਸੇ ਬੁੱਧੀਜੀਵੀ ਨੂੰ ਬੁਲਾ ਕੇ ਪੁੱਛਿਆ ਵੀ ਅਸੀਂ ਪੰਜਾਬ ਲਈ ਬਿੱਲ ਤਿਆਰ ਕਰਨ ਲੱਗੇ ਹਾਂ, ਵੀ ਭਾਈ ਤੁਸੀਂ ਪੰਜਾਬ ਨੂੰ ਨੇੜੇ ਤੋਂ ਦੇਖਿਆ, ਪੰਜਾਬ ਨੂੰ ਕਿਹਨਾਂ ਬਿੱਲਾਂ ਦੀ ਲੋੜ ਹੈ, ਸਾਡੇ ਨਾਲ ਵਿੱਚ ਬੈਠੋ? ਕਿਸੇ ਜਥੇਬੰਦੀ ਨੂੰ ਬੁਲਾਇਆ ਉੱਥੇ? ਨਹੀਂ ਬੁਲਾਇਆ। ਕਿ ਤੇ ਅਸੀਂ ਬਾਈਕਾਟ ਕਿਉਂ ਨਹੀਂ ਕਰਾਂਗੇ? ਸਿੱਧੇ ਤੌਰ 'ਤੇ ਬਿੱਲ ਸਾਡੇ 'ਤੇ ਥੋਪ ਦਿੱਤੇ ਗਏ ਨੇ ਵੀ ਇਹ ਸਾਡਾ ਫਰਮਾਨ ਹੈ, ਜਿਵੇਂ ਡਿਕਟੇਟਰਸ਼ਿਪ ਹੋ ਗਈ, ਰਾਜਿਆਂ ਵਾਲਾ ਫਰਮਾਨ ਹੋ ਗਿਆ ਵੀ ਅਸੀਂ ਤਾਂ ਥੋਪ 'ਤੇ। ਇੱਕ ਬੰਦਾ ਕਿੰਨੀ ਉਹ ਫਸਲ ਲੈ ਕੇ, ਹੁਣ ਜਿਹੜੇ ਜਿਹੜੇ ਆੜ੍ਹਤੀਏ ਨੇ, ਦੇਖੋ ਜ਼ਿਮੀਂਦਾਰ ਅਤੇ ਆੜ੍ਹਤੀਏ ਦਾ ਇੱਕ ਐਸਾ ਰਿਸ਼ਤਾ ਹੈ, ਉਹ ਸਾਡੇ ਪਰਿਵਾਰ ਦਾ ਇੱਕ ਅੰਗ ਹੀ ਆ ਸਿੱਧੇ ਤੌਰ 'ਤੇ।
ਜਦ ਸਾਨੂੰ ਕਿਸੇ ਪਾਸਿਓਂ ਕੁਛ ਵੀ ਨਹੀਂ ਮਿਲਦਾ ਝੋਲਾ ਚੱਕ ਕੇ ਆੜਤੀਏ ਕੋਲ ਜਾਣਾ ਪੈਂਦਾ ਸਾਰੇ ਬਜ਼ੁਰਗ ਬੈਠੇ ਨੇ ਤੁਸੀਂ ਪੁੱਛ ਲਓ ਉਹਨੂੰ ਆਪਦੇ ਵਿਆਜ ਦਾ ਲਾਲਚ ਹੈ ਸਾਡਾ ਇਹ ਹੁੰਦਾ ਵੀ ਸਾਡਾ ਡੰਗ ਸਰ ਗਿਆ ਜਦੋਂ ਤੁਸੀਂ ਉਹ ਆੜਤੀ ਵਿੱਚੋਂ ਖਤਮ ਕਰਤਾ ਤਾਂ ਫਿਰ ਅਸੀਂ ਸਾਡੇ ਸਾਲਾਂ ਵਧੀ ਇੱਕ ਵਾਰੀ ਤੁਸੀਂ ਮੰਨ ਲਓ ਵੀ ਪੈਸੇ ਦੇਤੇ ਜੀ ਤੁਸੀਂ 10 ਲੱਖ ਰੁਪਇਆ ਦੇਤਾ ਸਿਆਣੇ ਕਹਿੰਦੇ ਨੇ ਵੀ ਪੁੱਤ ਵਿਆਹਿਆ ਗਿਆ ਤੇ ਨੋਟ ਤੜਾਇਆ ਗਿਆ ਅਸੀਂ ਇਕੱਠੇ ਪੈਸੇ ਉਹਨਾਂ ਨੂੰ ਨਹੀਂ ਸਾਂਭ ਸਕਦੇ ਸਾਡੇ ਕੋਲ 10 ਲੱਖ ਆ ਗਿਆ ਤਾਂ 10 ਲੱਖ ਤੁਹਾਡੇ ਖਰਚੇ ਵੱਧ ਜਾਣਗੇ ਖਰਚਿਆ ਹੀ ਜਾਊਗਾ ਤੇ ਉਹਨਾਂ ਦੀ ਰਣਨੀਤੀ ਵੀ ਇਹੀ ਹੈ ਵੀ ਪਹਿਲਾਂ ਤੁਹਾਨੂੰ ਮੋਟੇ ਮੋਟੇ ਪੈਸੇ ਦੇ ਦਈਏ ਤੇ ਉਦੋਂ ਬਾਅਦ 4 ਸਾਲ ਬਾਅਦ ਜਵਾਨੀ ਕੰਡਮ ਕਰ ਦਈਏ ਪੰਜਾਬ ਤੇ ਤਾਂ ਵੈਸੇ ਇਲਜ਼ਾਮ ਲੱਗਦੇ ਨੇ ਉਦੋਂ ਬਾਅਦ ਅਸੀਂ ਮਾਲਕ ਆ ਅਸੀਂ ਰਾਜੇ ਆ ਫਿਰ ਪ੍ਰਾਈਵੇਟ ਕੰਪਨੀਆਂ ਕਿਉਂ ਨੇ ਵਿੱਚ ਸਰਕਾਰ ਵਿੱਚ ਕਿਉਂ ਨਹੀਂ ਹੈਗੀ ਐਮ ਐਸ ਪੀ ਕਿਉਂ ਨਹੀਂ ਲਿਖਤੀ ਰੂਪ 'ਚ ਦਿੱਤੀ ਗਈ ਉਹਨਾਂ ਦੇ ਦਿਲਾਂ 'ਚ ਖੋਟ ਹੈ ਇੱਕ ਕਾਨੂੰਨ ਐਸਾ ਬਣਾਇਆ ਜਾਵੇ ਵੀ ਐਮ ਐਸ ਪੀ ਲਾਗੂ ਕੀਤੀ ਜਾਵੇ ਐਮ ਐਸ ਪੀ ਤਾਂ ਬਾਕੀ ਵੀ 21-22 ਫਸਲਾਂ 'ਤੇ ਹੈ 29 ਫਸਲਾਂ 'ਤੇ ਹੈ ਇਹ ਵੀ ਕਾਨੂੰਨ ਬਣਾਇਆ ਜਾਵੇ ਵੀ ਐਮ ਐਸ ਪੀ ਤੋਂ ਥੱਲੇ ਜਿਹੜਾ ਵੀ ਬੰਦਾ ਫਸਲ ਸਾਡੀ ਚੱਕਦਾ ਉਹਦੇ 'ਤੇ ਕੋਰਟ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹਦੇ 'ਤੇ ਕੇਸ ਹੋਣਾ ਚਾਹੀਦਾ